ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਉਸ ਪਿੰਡ ਦੇ ਰੋਡੇ ਪਿੰਡ ਦੇ ਲੋਕਾਂ ਦਾ ਕੀ ਕਹਿਣਾ ਹੈ ਕਿ ਉਹਨਾਂ ਨੂੰ ਘੇਰਾ ਪਾ ਕੇ ਗ੍ਰਿਫਤਾਰ ਕੀਤਾ ਗਿਆ ਜਾਂ ਫਿਰ ਵੈਸੇ ਹੀ ਉਹਨਾਂ ਨੇ ਸਿਲੰਡਰ ਕੀਤਾ ਹੈ, ਇਸ ਬਾਰੇ ਜਾਣਦੇ ਪਾ ਕੇ ਜਾਂ ਕੁਛ ਹੈ? ਉਹ ਬਿਲਕੁਲ ਕੋਈ ਘੇਰਾਬੰਦੀ ਨਹੀਂ ਹੋਈ, ਕੁਛ ਨਹੀਂ। ਦਸਾਂ ਕਰਮਾਂ ਤੇ ਘਰ ਹੈ, ਉੱਥੇ ਕੋਈ ਕਿਸੇ ਨੂੰ ਪਤਾ ਨਹੀਂ ਸੀਗਾ ਵੀ ਇੱਥੇ ਕੋਈ ਆਈ। ਪੁਲਿਸ ਦੀਆਂ 5-7 ਗੱਡੀਆਂ ਆਈਆਂ, ਉਹ ਵੀ ਆ। ਜੀ ਹਾਂ, ਆਪਾਂ ਸਭ ਜਾਣਦੇ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਅੱਜ ਸਵੇਰੇ ਗ੍ਰਿਫਤਾਰ ਕਰ ਲਿਆ ਗਿਆ ਹੈ। ਉਹਨਾਂ ਦੁਆਰਾ ਖੁਦ ਕਿਹਾ ਜਾ ਰਿਹਾ ਕਿ ਅਸੀਂ ਸਿਲੰਡਰ ਕੀਤਾ ਹੈ, ਅਤੇ ਇਸ ਉੱਤੇ IG ਸੁਖਜੈਨ ਸਿੰਘ ਗਿੱਲ ਨੇ ਕਾਨਫਰੰਸ ਦੇ ਵਿੱਚ ਆ ਕੇ ਇਹ ਕਿਹਾ ਕਿ ਅਸੀਂ ਪਹਿਲਾਂ ਸਾਨੂੰ ਲੋਕੇਸ਼ਨ ਮਿਲੀ, ਫਿਰ ਅਸੀਂ ਉਸ ਥਾਂ 'ਤੇ ਆ ਕੇ ਗੁਰਦੁਆਰਾ ਸਾਹਿਬ ਦੇ ਅੰਦਰ ਭਾਈ ਅੰਮ੍ਰਿਤਪਾਲ ਸਿੰਘ ਸਨ, ਅਤੇ ਅਸੀਂ ਗੁਰਦੁਆਰਾ ਸਾਹਿਬ ਸਾਰੇ ਪਿੰਡ ਨੂੰ ਹੀ ਅਸੀਂ ਸੀਲ ਕਰ ਦਿੱਤਾ, ਅਤੇ ਉਸ ਤੋਂ ਬਾਅਦ ਅਸੀਂ ਅੰਦਰ ਨਹੀਂ ਜਾ ਸਕਦੇ ਕਿਉਂਕਿ ਗੁਰੂ ਦੀ ਮਰਿਆਦਾ ਰੱਖਣੀ ਸੀ, ਅਤੇ ਇਸ ਤੋਂ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਜੀ ਬਾਹਰ ਆਏ ਅਤੇ ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ। ਇੱਥੇ ਪਿੰਡ ਦੇ ਲੋਕਾਂ ਦਾ ਕਹਿਣਾ ਕਿ ਅਸੀਂ ਗੁਰਦੁਆਰਾ ਸਾਹਿਬ ਦੇ ਗਵਾਂਢੀ ਹੀ ਹਾਂ, ਅਤੇ ਸਾਡੇ ਪਿੰਡ 'ਚ ਅਜਿਹਾ ਕੋਈ ਵਰਤਾਰਾ ਨਹੀਂ ਹੋਇਆ। ਅਤੇ ਇਸ ਤੋਂ ਬਾਅਦ ਉਹਨਾਂ ਦਾ ਕਹਿਣਾ ਕਿ ਸਿਵਲ ਵਰਦੀ ਵਿੱਚ ਸਿਰਫ ਪੁਲਿਸ ਆਈ ਸੀ, ਅਤੇ ਮੇਰਾ ਲੜਕਾ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਵੀ ਗਿਆ ਸੀ। ਉਹਨਾਂ ਨੇ ਦੱਸਿਆ ਕਿ ਵੀਡੀਓ ਬਣਾਈਆਂ ਗਈਆਂ ਹਨ ਭਾਈ ਅੰਮ੍ਰਿਤਪਾਲ ਸਿੰਘ ਜੀ ਦੁਆਰਾ, ਉਹ ਵੀਡੀਓ ਆਪਾਂ ਦੇਖ ਵੀ ਸਕਦੇ ਹਾਂ ਜੋ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਹਨ। ਅਤੇ ਉਹਨਾਂ ਦੁਆਰਾ ਦੱਸਿਆ ਕਿ ਸਪੀਕਰ ਵਿੱਚ ਜਦੋਂ ਬੋਲਿਆ ਗਿਆ ਤਾਂ ਸਾਨੂੰ ਸਭ ਨੂੰ ਪਤਾ ਹੀ ਲੱਗ ਗਿਆ ਸੀ, ਅਤੇ ਇੱਥੋਂ ਤੱਕ ਹੀ ਨਹੀਂ ਕਿ ਸਾਰੀ ਜੋ ਪੁਲਿਸ ਫੋਰਸ ਉਹਨਾਂ ਨੂੰ ਲੈਣ ਆਈ ਸੀ ਸਾਰੀ ਸਿਵਲ ਵਰਦੀ ਵਿੱਚ ਸੀ, ਕਿਸੇ ਦੇ ਵੀ ਵਰਦੀ ਯੂਨੀਫਾਰਮ ਨਹੀਂ ਪਾਈ ਸੀ। ਉਹਨਾਂ ਨੇ ਇਹ ਵੀ ਕਿਹਾ ਕਿ ਇਸ ਤਰ੍ਹਾਂ ਦਾ ਕੋਈ ਮਾਹੌਲ ਨਹੀਂ ਸੀ। ਸਾਡੇ ਦੂਜੇ ਪਾਸੇ ਪਿੰਡ ਦੇ ਜੋ ਫਿਰਨੀ ਦੇ ਲੋਕ ਹਨ, ਉਹਨਾਂ ਦੁਆਰਾ ਸਾਨੂੰ ਫੋਨ ਆ ਰਹੇ ਕਿ ਗੁਰਦੁਆਰਾ ਸਾਹਿਬ ਕੋਲ ਕੀ ਹੋ ਰਿਹਾ, ਕਿਉਂਕਿ ਅਸੀਂ ਗੁਰਦੁਆਰਾ ਸਾਹਿਬ ਦੇ ਗਵਾਂਢੀ ਹਾਂ, ਅਤੇ ਉਹਨਾਂ ਨੂੰ ਤਾਂ ਸਾਡੇ ਦੱਸਣ ਬਾਅਦ ਪਤਾ ਲੱਗਿਆ। ਉਹਨਾਂ ਦੁਆਰਾ ਕਿਹਾ ਗਿਆ ਕਿ ਭਾਈ ਅੰਮ੍ਰਿਤਪਾਲ ਸਿੰਘ ਨੇ ਖੁਦ ਹੀ ਸਿਲੰਡਰ ਕੀਤਾ ਹੈ, ਉਹਨਾਂ 'ਤੇ ਕੋਈ ਵੀ ਦਬਾਅ ਨਹੀਂ ਪਾਇਆ ਗਿਆ। ਦੇਖ ਕੇ ਤੁਹਾਨੂੰ ਕੀ ਲੱਗਦਾ ਕਿ IG ਹੀ ਸਹੀ ਬੋਲ ਰਹੇ ਹਨ ਜਾਂ ਫਿਰ ਪਿੰਡ ਦੇ ਲੋਕ ਸੱਚ ਬੋਲ ਰਹੇ ਹਨ? ਇਹਨਾਂ ਵਿੱਚੋਂ ਕੀ ਸਹੀ ਹੈ ਤੁਸੀਂ ਆਪਣੀ ਰਾਏ ਕਮੈਂਟ ਵਿੱਚ ਜ਼ਰੂਰ ਦੱਸਿਓ, ਅਤੇ ਇਸੇ ਤਰ੍ਹਾਂ ਦੀ ਹੋਰ ਇਨਫੋਰਮੇਸ਼ਨ ਵੀਡੀਓ ਜਾਣਨ ਲਈ ਆਪਣੇ ਚੈਨਲ ਗਿੱਲ ਗਿਆਨ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਅਤੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਹਰ ਇੱਕ ਵੀਰ ਕੋਲ ਪਹੁੰਚ ਸਕੇ, ਕਿਉਂਕਿ ਬਹੁਤ ਹੀ ਘੱਟ ਚੈਨਲ 'ਤੇ ਦਿਖਾਈ ਜਾ ਰਹੀ ਹੈ ਇਸ ਤਰ੍ਹਾਂ ਦੀ ਇਨਫੋਰਮੇਸ਼ਨ।